ਸ਼ੁਕਰ ਹੈ ਆ ਗਿਆ ਫੋਨ ਟੁੱਟਣ ਤੋਂ ਪਹਿਲਾਂ ਪਹਿਲਾਂ ਆ ਜਾ ਵੇ ਪਤੰਦਰਾ ਆ ਜਾ ਵੇ ਪਤੰਦਰਾ ਆ ਗਿਆ ਇਹ ਆ ਗਿਆ ਡਿਲੀਵਰੀ ਬੋਏ ਸਾਨੂੰ ਨਾ ਕਰਨ ਆਇਓ ਕਦੇ ਖਾਣ ਪੀਣੀ ਬਸ ਕੀ ਕਰੀਏ ਬੇਵਫਾ ਸੱਜਣ ਬਸ ਸੱਜਣ ਜੀ ਤੁਹਾਡੀਆਂ ਕਿਆ ਨੇ ਬਾਤਾਂ ਤੁਹਾਡੇ ਦਿਨ ਨੇ ਤੁਹਾਡੀਆਂ ਕੀ ਰਾਤਾਂ ਵਾਜੀ ਵਾਹ ਮੈਂ ਚਾਹੁੰਦਾ ਸੀ ਚਾਨੂ ਇਹ ਵੇਖਣਾ ਪਰ ਮੁੱਕੀ ਆ ਕੇ ਤੁਹਾਡੇ ਮੁੱਖੜੇ ਹਸੀਨ ਤੇ ਤਾਰਿਆਂ ਦੇ ਦੇਸ਼ ਰਹਿਣ ਵਾਲਿਓ ਯਾਦ ਕਰਦਾ ਹੈ ਤੁਹਾਨੂੰ ਕੋਈ ਪੈਸ਼ਨ ਤੇ ਰਾਈਟ ਲੈਣੀ ਲੈਫਟ ਗੱਡੀ ਨਹੀਂ ਜਾਣੀ ਵੀਰੇ ਸਾਡੀ ਸੱਤ ਪਿਸ ਵਾਲੀ ਕੁੜੀਆਂ ਆਪਣੇ ਮੁੰਡੇ ਮੁੰਡਿਆਂ ਨੂੰ ਕੀ ਕਹਿੰਦੀਆਂ ਹੋਣੀਆਂ ਮੈਂ ਜ਼ਿਕਰ ਕਰਨਾ ਚਾਹੁੰਦਾ ਉਹ ਇੱਕ ਪੁਰਾਣੇ ਗੱਲ ਦਾ ਸੱਤ ਪਿਸ ਵਾਲੀ ਕੀ ਕਹਿੰਦੀਆਂ ਹੋਣੀਆਂ ਸਾਡੇ ਪੀਜੀ ਮੂਹਰੇ ਸੱਤ ਗੇੜੇ ਲਾ ਗਿਆ ਸਾਡੇ ਪੀਜੀ ਮੂਹਰੇ ਸੱਤ ਗੇੜੇ ਲਾ ਗਿਆ ਸੀ ਉਹ ਮੁੰਡਾ ਮੇਰੇ ਹੱਥ ਦਾ ਨਹੀਂ ਆ ਰਿਹਾ ਵੀਰੇ ਹੈਲਮਟ ਕੁਛ ਵੀ ਨਹੀਂ ਆ ਰਿਹਾ ਉਹ ਵੈਨ ਆ ਰਹੀ ਹੈ ਸਿਰਫ ਇਹ ਗੱਡੀਆਂ ਆ ਰਹੀਆਂ ਹੋਰ ਕੀ ਆਉਣਾ ਹੈ ਦੇਖੋ ਬਾਈ ਆਹ ਸੱਤ ਮਿਲ ਦੀਆਂ ਆਪਣੀਆਂ ਨੇ ਤਿੰਨ ਤਿੰਨ ਮੰਜਣੀ ਉੱਤੇ ਚੜਾਏ ਹੋਏ ਲੱਪੇ ਜੀ ਬਿਰਜੇ ਬਸ ਲੋਕਾਂ ਤੇ ਬਿਰਜੇ ਅਸੀਂ ਬਾਹਰ ਨਿਕਲ ਰਹੇ ਹਾਂ ਇਹ ਗੱਡੀ ਆ ਰਹੀ ਕਿ ਸਾਨੂੰ ਉਹਨੂੰ ਪਤਾ ਨਹੀਂ ਕੀ ਨਾਂ ਸੀ ਉਹ ਸੀਗਾ ਸ਼ਾਇਦ ਸਾਡੇ ਕੈਮ ਦੀ ਯਾਦ ਕਰਾ ਦਈਏ ਮਿੰਟੂ ਛੱਡਣਾ ਪੈਣਾ ਏ ਸੈਕਟਰ 8, 9, 10 ਤੇ 11 ਪੈਦਲ ਜਾਂਦੀ ਸੀ ਤੇ ਪਿੱਛੇ ਨਾਲੇ ਤੇ ਸੀ ਪੈਸ਼ਨਾ ਲੈਣੇ ਨੱਕ ਚੜਾਉਂਦੀ ਸੀ ਤੇ ਕੱਢਦੀ ਟਕੇ ਟਕੇ ਦੀਆਂ ਪੈਸ਼ਨਾ ਇਹ ਦੇਖੋ ਆਈ ਵੀ ਮਾੜਾ ਇੱਕ ਹੋਰ ਬਾਈ ਛੱਡਾ ਮੰਨਦਾ ਹੀ ਨਹੀਂ ਮੰਨਦਾ ਨਹੀਂ ਪੱਪੀ ਦੇ ਕੇ ਆਈ ਜਾਵੇ ਆਈ ਵੀ ਮਾੜੇ ਨੂੰ ਕਿੱਥੇ ਜਾ ਰਹੇ ਹੋ ਵੀਰ ਜੀ ਜਾ ਕਿੱਥੇ ਰਹੇ ਹੋ ਮੈਂ ਕਿਹਾ 47 ਨੇ ਤੂੰ ਨਾ ਆਉਣਾ ਵੀਰੇ ਪਤਾ ਨਹੀਂ ਕੀ ਕਰਦਾ ਰਹਿੰਦਾ ਇਹ ਨਾ ਜਵਾਕ ਪਿਛਲਾ ਕੈਮਰਾ ਤੋਂ ਰੋੜ ਕੇ ਪਿੱਛੇ ਨੂੰ ਕਰ ਲਿੱਤਾ ਹੁਣ ਸ਼ਾਇਦ ਤੁਹਾਨੂੰ ਸਾਡੀ ਸ਼ਕਲ ਦਿਖ ਜਾਏਗੀ ਬਿਕੋਜ਼ ਸਾਨੂੰ ਸਕਰੀਨ ਨਹੀਂ ਦਿਖ ਰਹੀ ਆ ਤਾਂ ਠੰਡ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਆ ਧੁੰਦ ਪੈ ਰਹੀ ਆ ਨੱਕ 'ਚੋਂ ਰੀਵਰ ਫਲੋ ਕਰਨ ਵਾਲਾ ਹੈਗਾ ਅਤੇ ਅੱਖਾਂ 'ਚੋਂ ਤਾਂ ਬਸ ਅੱਖੀ ਡਿੱਗ ਰਹੇ ਨੇ ਬਚਪਨ ਚ ਬੜਾ ਸ਼ੌਕ ਸੀ ਯਾਰ ਇਹਨਾਂ ਪੈਗ ਦਵਾ ਕੇ ਪਰ ਕਦੇ ਪੈਸੇ ਦੀ ਗੱਲ ਟੱਪੂ ਵਾਲੀ ਦਵਾ ਕੇ ਸਾਡੇ ਪੈਸੇ ਘੱਟ ਹੋ ਗਏ ਮੈਂ ਤਾਂ ਆਪਣੇ ਭੈਣ ਦੇ ਛੋਟੇ ਸਿਰ ਵਿੱਚ ਲਾ ਕੇ ਮੈਂ ਗੱਲ ਦੇ ਦੱਸਿਆ ਤੇ ਫਿਰ ਆਹ ਵੀ ਭਾਈ ਦਾ ਆਪਣੇ ਬੱਚੇ ਨੂੰ ਦੱਸਿਆ ਇਹ ਚੱਕਰ ਦੇਖ ਲਓ ਪੈਸੇ ਬਚ ਲਾ ਵੱਡੇ ਵੀ ਕਿਤਾਬ ਭਾਈ ਹੋ ਜਾਂਦਾ ਤੇ ਛੋਟੇ ਬਸ ਖਰਾਬ ਹੋ ਜਾਂਦਾ ਸੀ ਇੰਨੀ ਜ਼ਿਆਦਾ ਨਾ ਵੀਰ ਜੀ ਹੱਥ ਛੱਡੇ ਹੋ ਮੈਨੇ ਬਰਫ ਹੋ ਗਏ ਮੈਂ ਵੀ ਆਪਣਾ ਹੱਥ ਇੱਥੇ ਦੂਸਰਾ ਹੱਥ ਮੈਂ ਟੋਕੇ ਪਾ ਲਿਆ ਅੰਦਰ ਲੋਰੈਂਸ ਪਬਲਿਕ ਸਕੂਲ ਸੀਗਾ ਮਾਤਾ ਮਾਲ ਦਾ ਬੜਾ ਕੀ ਹੈ ਅਤੇ ਇੱਥੇ ਬਾਈ ਪੜ੍ਹਦਾ ਮਸਲਾ ਦਾ ਸਕੂਲ ਕਰਕੇ ਉਹ ਆ ਗਈ ਉੱਧਰੋਂ ਰੋਡ ਤੋਂ ਕੱਢਦਾ ਯਾਰ ਇੱਥੇ ਹੋਰ ਠੰਡ ਹੋਣੀ ਹੈ ਅਤੇ ਨਾਲੇ ਦੇਖਾਂ ਇਹਨੂੰ ਕੁਛ ਹੋਣਾ ਵੀ ਨਹੀਂ ਨਾ ਆਡੀਅੰਸ ਕੋਲ ਕਰਨੀ ਸੜਕੇ ਮਤਲਬ ਕੀ ਕਰੋ ਮੈਨੂੰ ਦੱਸੋ ਦਵਾਈ ਦਾ ਅਸਰ ਕਰ ਦਿੰਦਾ ਮੇਰਾ ਦੇਖੋ ਬਾਈ ਜੀ ਕਿੱਦਾਂ
ਓਏ ਨਾਈਟ ਮੋਡ ਟੈਸਟ ਹੋ ਰਿਹਾ ਹੈ ਸੈਮਸੰਗ ਦੇ ਫੋਨ ਦਾ M21S ਵਧੀਆ ਸੈਮਸੰਗ ਨੂੰ ਅਸੀਂ ਵੀਡੀਓ ਭੇਜਾਂਗੇ ਬਹੁਤ ਸੋਹਣੀ ਲੋ ਵਾਈਟ ਕੈਮਰਾ ਸ਼ਾਟ ਤੁਸੀਂ ਦੇਖ ਸਕਦੇ ਆ ਲਾਈਟਾਂ ਦੀ ਚੌਂਕ ਭਾਈ ਮਤਲਬ ਨਾ ਇੱਕਦਮ ਬਾਈ ਯਾਰ ਨਾ ਫੋਕੀ ਫੋਕੀ ਜਿਹਾ ਮੌਸਮ ਸੈਡ ਜਿਹਾ ਇਸ 'ਚ ਪੋਲਟੀ ਪੋਲਟੀ 'ਚ ਲੈ ਕੇ ਬੰਦਾ ਸੈਡ ਜਿਹਾ ਹੋ ਗਿਆ ਨਾ ਸ਼ੀਸ਼ੇ 'ਚ ਬੈਠੇ ਸ਼ੀਸ਼ੇ ਦੇ ਕੋਲ ਖਿੜਕੀ ਦੇ ਬੁਕਸ ਬਾਕਸ ਠੀਕ ਪੜ੍ਹਦਾ ਰਹੇ ਹੈ ਨਾ ਲਿਖਦਾ ਰਹੇ ਸੂਖ ਸੂਖ ਕੇ ਪੀਂਦਾ ਰਹੇ ਉਹ ਬਾਈ ਇਹ ਉਹ ਵਾਲਾ ਮੌਸਮ ਹੈ ਬਾਬੇ ਐਂਡ ਆਪਾਂ ਰੋਂਗ ਸਾਈਡ ਤੋਂ ਪਾ ਲਿਆ ਸੋਰੀ ਗਾਇਸ ਬਟ ਵਾਟ ਵਾਟ ਕੈਨ ਵੀ ਡੂ ਦਿਸ ਟਾਈਮ ਦੇਰ ਇਜ਼ ਨੋ ਕਿਉਂਕਿ ਦੋ ਰੋਟੀਆਂ ਖਾ ਕੇ ਲੱਗਦਾ ਹੈ ਸਾਰਾ ਮੋਹਾਲੀ ਮਿੱਤਰਾਂ ਦਾ ਇਹ ਆ ਗਿਆ ਪਾਰਕ ਇਤਿਹਾਸਕ ਪਾਰਕ ਲੋਕਾਂ ਦੀ ਜ਼ਿੰਦਗੀ ਦਾ ਜੇ ਹੁਣ ਨੂੰ ਕਨੇਡਾ ਹੁੰਦਾ ਤਾਂ ਸਾਡੇ ਨੇ ਰੋਕ ਲੈਣਾ ਸੀ ਲਾਲ ਲੈਟਰ ਆ ਰਹੇ ਉਹੀ ਲਾਲ ਲੈਟਰ ਨਹੀਂ ਪੀਤੇ ਕਹਿੰਦਾ ਗੇਅਰ ਗੱਡੀ ਦਾ ਅੜ ਗਿਆ ਤੱਕਾ ਲਾਉਂਦੀ ਨੂੰ ਸਾਂ ਲਾ ਦੇ ਜ਼ੋਰ ਬਾਬਾ ਮਾਰਨਾ ਦਾਬਾ ਨਹੀਂ ਤੇ ਦੁਬਾਰਾ ਦਿਖਾ ਵੀ ਅਬ ਚੱਲ ਰਹੇ ਹਮ ਹੌਲੀ ਚਲਾ ਵੀਰੇ ਹੌਲੀ ਚਲਾ ਹੱਡ ਦੁੱਖ ਦੇ ਸਿਆਲ ਚ ਬੜੇ ਹੌਲੀ ਚਲਾ ਭਾਈ ਇਹ ਆਲੀਸ਼ਾਨ ਮਾਲ ਹੀ ਹੈ ਇਹਦੇ ਕੋਲ ਵੀ ਬਚਲੇ ਘਰ ਵਾਹਿਗੁਰੂ ਬੋਲ ਕੇ ਸੰਤੋਸ ਤੇ ਬਹਿ ਜਾ ਬੰਦੀ ਲੈ ਲਈ ਸੰਤੋਸ ਯਾਰ ਨੇ ਉਹਦਾ ਟਰਕਾ ਹੋਣਾ ਭਾਈ ਪਤਾ ਪਰ ਮੋਟਰਸਾਈਕਲ ਠੰਡ ਮੇ ਤੇਜ਼ ਚਲਾ ਕੇ ਵੀ ਕਿੱਕ ਮਿਲਦੀ ਹੈ ਸਪਲੈਂਡਰ ਵਾਲੇ ਕੋਲ ਮਿਲ ਰਹੀ ਹੈ ਇਸ ਟਾਈਮ ਤੇ ਲਾਈ ਦੇਖਿਓ ਬਾਈ ਕਮੈਂਟ ਕਰਿਓ ਲਾਈ ਦੇ ਸੋਹਣੇ ਲੱਗੇ ਹਾਏ 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 ਨੂੰ ਆ ਵੀਡੀਓ ਭੇਜੋ ਆਰ ਵਾਲੇ ਬਾਈ ਨੂੰ ਲੈਟ ਨਹੀਂ ਹੋਈ ਬਾਈ ਨਹੀਂ ਹੋਈ ਲੈਟ ਟੱਪਦਾ ਜਾਵੇ ਮਿੱਤਰਾਂ ਦਾ ਪੈਸ਼ਨ ਬੰਦੇ ਫਨ ਪਰਪਸ ਯਾਰ ਤੇਰੇ ਦਾ ਮੋਟਰਸਾਈਕਲ ਚੱਲੇ 140 ਤੇ ਆ ਜਾ ਕੁੜੀਏ ਸੈਰ ਕਰਾਵਾਂ ਵਿੱਚ ਯੂ ਰਿਮੈਂਬਰ ਦਿਸ ਸੌਂਗ ਇਟ ਵਾਸ ਰਿਲੀਜ਼ਡ ਬੈਕ ਇਨ ਦਾ ਈਅਰ ਆਈ ਥਿੰਕ ਦਿਸ ਵਾਸ 2014 ਹਾਂ ਆਈ ਲਵਡ ਇਟ ਦੈਟਸ ਸਮਵਾਟ ਯਾ ਇਟ ਵਾਸ ਗੁੱਡ ਆਈ ਲਾਈਕ ਇਟ ਦੈਟਸ
उत्तम खाना हाँ तेरा आपको चाहिए तो आप भाई कहा उत्तम 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 उत्तम
ਉਹ ਦੇਖੋ ਲਿੱਕਰ ਮਾਈਂਡ ਪੇ ਕਿੱਦਾਂ ਡਿੱਪਰ ਮਾਰ ਰਿਹਾ ਪੂਰੀ ਐਨ ਰੋਸ਼ਨਾਈ ਵੀ ਹੈ ਬਾਈ ਤੁਸੀਂ ਦੇਖ ਸਕਦੇ ਆ ਪੂਰੀ ਐਨ ਕੁਛ ਵੀ ਚਾਹ ਖਾਦਾ ਹੈ ਅਤੇ ਦੇਖ ਰਹੇ ਹੋ ਵਾਲੀ ਬਾਈ ਸੱਚੀ ਸਾਨੂੰ ਆਉਣਾ ਆਉਂਦਾ ਪਤਾ ਦੱਸੋ ਅਸੀਂ ਤੁਹਾਡੇ ਕੋਲ ਆਉਣਾ ਕਿਉਂਕਿ ਸਾਨੂੰ ਉੱਥੇ ਆ ਕੇ ਬੜਾ ਘੈਂਟ ਪਿਆ ਸੀ ਕਿਉਂ ਉੱਤੇ ਹੋਊਗਾ ਸੀ ਵੀਡੀਓ ਠੀਕ ਹੈ ਕੋਈ ਨੀ ਮੋੜ ਲੈ ਤੂੰ ਗੱਲਾਂ ਬਾਤ ਕਰਾਂਗੇ ਨਾਲੇ ਬਾਈ ਨਾਲ ਆਹ ਬਾਈ ਲਿਆ 1994 ਮਾਡਲ ਬੁੱਟ ਲੱਗਾ ਪੁਰਾਣਾ ਲਿਆ ਔਰ ਘੈਂਟ ਤੁਹਾਨੂੰ ਦਿਖਾਉਂਦਾ PUX ਨੰਬਰ ਆਏ ਹਾਏ 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 ਦੇਖਣ ਵਾਲੀ ਬਾਈ ਲੈਟ ਘੱਟ ਸੀ ਨਾ ਬਾਈ ਯੂ ਨੋ ਕੈਮਰਾ ਲਾਈਕ ਫੋਟੋਗ੍ਰਾਫੀ ਇਜ਼ ਆਲ ਅਬਾਊਟ ਲਾਈਟਿੰਗ ਯਾ ਐਸ ਦੇ ਸੇ ਸੈਪਟਿਕ ਟੈਂਕ ਔਰ ਸੀਵਰ ਕੀ ਅਸੁਰੱਖਿਅਤ ਸਫਾਈ ਦੀ ਸੂਚਨਾ ਤੁਰੰਤ 14420 ਪਰ ਦੇ ਸਫਾਈ ਕਰੇ ਅਪਰਾਧ ਨਹੀਂ ਸੁਰੱਖਿਅਤ ਨਹੀਂ ਤੋ ਸਫਾਈ ਨਹੀਂ ਲਾ ਲਾ ਵਾ ਵਾ ਟੂਲਟ ਸ਼ੋਪ ਅਵੇਲੇਬਲ ਔਨ ਰੈਂਟ ਬੂਥ ਨੰਬਰ 10 ਸੁਪਰ ਮਾਰਕੀਟ 46 ਸੈਕਟਰ ਚੰਡੀਗੜ੍ਹ ਕੰਟੈਕਟ ਬਲਾਕ ਬਾਈ ਵੀ ਦੇਖ ਬਾਈ ਦੇਖ ਕੋਈ ਬਾਈ ਨਹੀਂ ਮਾਫ ਬਾਈ ਕੁਝ ਕਹਿਣਾ ਚਾਹ ਰਿਹਾ ਬਾਬਾ ਠੰਡ ਦਾ ਅਸਰ ਹੋ ਗਿਆ ਤੇਰੀ ਵੀ ਬੈਕ ਇਨ ਗਿਆ ਸੋਰੀ ਵੀਡੀਓ ਹੀ ਬਣਾ ਕੇ ਮੁਸੀਬਤ ਲੱਗੀ ਬੋਲੀ ਚਲਾ ਰਹੀ ਨੇ ਦੋ ਲੋਕ ਤਾਂ ਕਰਕੇ ਸ਼ੋਪ ਹੈ ਅੰਕਲ ਜੀ ਸ਼ੋਪ ਹੈ ਕਿਸੇ ਕਰਕ ਜੀ ਐਚਐਮ ਡੀ ਪੂਰੀ ਰਾਤ ਖੁੱਲ੍ਹਾ ਰਹਿੰਦਾ ਸਰ ਸਹੀ ਡਾਕਾ ਮਾਰਨਾ ਇਹ ਆਊਗਾ ਜੀ ਫੌਜੀ ਵਾਲੀ ਜੈਕਟ ਪਾ ਕੇ ਦੇਖ ਲਿਓ ਇਹਦਾ ਆਤਾ ਪਤਾ ਮੈਂ ਲਿਖਾ ਦਿੰਦਾ ਅੱਗ ਦੇ ਥੋੜ੍ਹੇ ਜਿਹੇ ਸ਼ੋਰਟਸ ਲੈ ਲਈਏ ਕਿੰਨਾ ਸੋਹਣਾ ਲੱਗਦਾ ਹਾਂਜੀ ਕੋਈ ਸੇਕ ਪੈ ਰਿਹਾ ਮੌਸਮ ਲੱਗ ਰਿਹਾ ਪਿਛਲੀ ਵਾਰ ਜ਼ਿਆਦਾ ਸੀ ਕਿ ਇਸ ਵਾਰ ਜ਼ਿਆਦਾ ਅੱਜ ਅੱਜ ਜ਼ਿਆਦਾ ਠੰਡ ਹੋਈ ਨਾ ਅੱਜ ਜ਼ਿਆਦਾ ਠੰਡ ਹੋਈ ਮੇਰੀ ਜੈਕਟ ਦਾ ਬਣਾ ਦੇ
ਕਦੇ ਮਤਲਬ ਅੰਕਲ ਆਪਾਂ ਕੰਮ ਕਰ ਲੈਂਦੇ ਕਦੇ ਕਦੇ ਅਤੇ ਠੰਡ ਤਾਂ ਅੱਜ ਹੀ ਹੋਈ ਹੈ ਨਾ ਅੱਜ ਕੱਲ੍ਹ ਵੀ ਸੀਗੀ ਅੱਜ ਤਾਂ ਠੰਡ ਅੱਜ ਜ਼ਿਆਦਾ ਠੰਡ ਹਾਂ ਤੁਸੀਂ ਸੰਪੂਰਨ ਸਾਰਾ ਵੀ ਸੈਸ਼ਨ ਦੇਖੀ ਗਿਆ ਫੀਲ ਦਾ ਵਾਈਬਸ ਲਾਈਕ ਆ ਜੀ ਇੱਕ ਹੋਰ ਵੀ ਜੀ ਐਸ ਵਰਡ ਸਰ ਬਦਨਾਮ ਕਿਆ ਬਾਕੀ ਤੁਸੀਂ ਆਪ ਬਤਾ ਦੇਣਾ ਕੈਸਾ ਬਣਾਇਆ ਕਿਆ ਹੈ ਕੋਈ ਕਮੀ ਪੇਸ਼ੀ ਸੀ ਨਾ ਸਾਰਾ ਕੁਝ ਮੈਂ ਬੋਲੂੰਗਾ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਜੁੜੇ ਰਹੀਏ ਮਤਲਬ ਬੜੇ ਖਤਰਨਾਕ ਤਰੀਕੇ ਨਾਲ ਦੇਖ ਰਹੇ ਹਾਂ ਸਾਨੂੰ ਸ਼ੱਕ ਭਰੀ ਨਿਗਾਹ ਉਸੇ ਹਮੇ ਦੇਖਾ ਜਾ ਰਿਹਾ ਮੈਨੂੰ ਪਾਇਆ ਕਿਆ ਤੁਹਾਡਾ ਉਹ ਵੀਡੀਓ ਆਈ ਸ਼ੱਕ ਭਰੀ ਨਿਗਾਹ ਉਸੇ ਦੇਖਾ ਜਾ ਰਿਹਾ ਥਾ ਮੈਂ ਲਾਈਕ ਵਾਲੇ ਪਾਸੇ ਮੂੰਹ ਕਰਕੇ ਫੋਟੋ ਲਓ ਨਾ ਵੀਰੇ ਐ ਨਾ ਕਰੋ ਪੂਰੇ ਫੌਜੀ ਸਾਹਿਬ ਲੱਗ ਰਹੇ ਨੇ ਮਾਸਕ ਕੰਪਲਸਰੀ ਹੋ ਗਿਆ ਚੰਡੀਗੜ੍ਹ ਕੁਛ ਖਾ ਰਹੇ ਤੋ ਕਰਕੇ ਇਹਨਾਂ ਨੇ ਲਗਾਏ ਮਾਸਕ ਮੂੰਗਫਲੀਆਂ ਵਗੈਰਾ ਖਾ ਰਹੇ ਸਾਥ ਮੈਂ ਤੋ ਕਰਕੇ ਇਨ ਸਭ ਨੇ ਕਿਸੇ ਨੇ ਵੀ ਮਾਸਕ ਲਗਾਇਆ ਅਰੇ ਵੀਡੀਓ ਹੋ ਰਹਾ ਹੈ ਤੂੰ ਬਾਤ ਤੋ ਹਮ ਸਮਝ ਗਏ ਚਲੋ ਬੰਦ ਕਰ ਦੇ ਇੱਧਰ ਤਾਂ ਦੇ ਫਿਰ ਬਣਾਓ ਡਨ ਕਦੋਂ ਆਏ ਸੀ ਸਰ ਤੁਸੀਂ ਪਹਿਲੀ ਵਾਰ ਕੋਣ ਮੈਂ ਹਾਂਜੀ ਮੈਂ 2014 ਆਇਆ 2014 ਮੈਂ ਪਹਿਲੇ ਕਹਾਂ ਪੇ ਰਹਤੇ ਸੀ ਆਪਕਾ ਗਾਉਂ ਕਹਾਂ ਪੇ ਹੈ ਮੇਰੇ ਗਾਉਂ ਕਹਾਂ ਪੇ ਹੈ ਹਾਂਜੀ ਜਹਾਂ ਗੁਰੂ ਜੀ ਕੀ ਜਨਮ ਹੋਇਆ ਉੱਥੇ ਗਏ ਹਾਂ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਪਟਨਾ ਸਾਹਿਬ ਅੱਛਾ ਪਟਨਾ ਸਾਹਿਬ ਹਾਂਜੀ ਕੀ ਬਾਤ ਹੈ ਸਰ ਵਧੀਆ ਕੀ ਬਾਤ ਹੈ ਕਿਵੇਂ ਲੱਗਾ ਸਰ ਚੰਡੀਗੜ੍ਹ ਮੈਂ ਚੰਡੀਗੜ੍ਹ ਚੰਗਾ ਲੱਗਿਆ ਹਿੰਦੀ ਪੰਜਾਬੀ ਦੋਨੋਂ ਬੋਲ ਲੈਂਦੇ ਹਿੰਦੀ ਚੱਲਦੀ ਹੈ ਮੈਂ ਇੱਕ ਵਾਰ ਗਿਆ ਹੋਇਆ ਬਹੁਤ ਸੋਹਣਾ ਬਣਾਇਆ ਪਟਨਾ ਸਾਹਿਬ ਬਹੁਤ ਸੋਹਣਾ ਬਣਾਇਆ ਗੁਰਦੁਆਰਾ ਹੈ ਹਾਂਜੀ 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 ਜਿੱਥੇ ਰਹਿੰਦਾ ਉੱਥੇ ਗੁਰੂ ਗੋਬਿੰਦ ਸਿੰਘ ਜੀ ਜਹਾਂ ਜਨਮ ਹੋਇਆ ਉਹ ਗੁਰਦੁਆਰਾ ਇੱਕ ਹਾਂਜੀ ਉਹਨੇ ਨਾਲ ਗੁਰੂ ਗੋਬਿੰਦ ਸਿੰਘ ਜਿੱਥੇ ਨਹਾਉਣੇ ਵਾਸਤੇ ਗੰਗਾ ਨਦੀ ਹੈ ਉੱਥੇ ਗਿਆ ਰਹਾ ਅਤੇ ਮਾਤਾ ਜੀ ਦੇ ਵੀ ਹਾਂਜੀ ਜੋ ਮੁੰਡੇ ਕੋਲ ਆਪਣੇ ਗੁਰੂ ਗੋਬਿੰਦ ਸਾਹਿਬ ਕੋਲ ਕੰਗਨ ਦੀ ਹੈ ਗੰਗਾ ਨਦੀ ਸਮੋਕੀ ਫੈਕਟ ਯੂ ਨੋ ਬ੍ਰੋ ਉਹਨਾਂ ਨੇ ਵੀ ਕਿਹਾ ਮਾਤਾ ਜੀ ਨੇ ਕਿਹਾ ਕਿ ਕੰਗਨ ਕਿੱਥੇ ਹੈ ਉਹ ਮੰਮੀ ਮੈਂ ਤੋਂ ਨਹਾਉਣੇ ਗਿਆ ਤੂੰ ਕੰਗਨ ਘਾਟ ਕੰਗੜ ਘਾਟ ਆਈ ਥਿੰਕ ਬਾਲ ਲੀਲਾ ਘਾਟ ਬਾਲ ਲੀਲਾ ਘਾਟ ਬਾਲ ਲੀਲਾ ਘਾਟ ਨਾਮ ਕਾ ਗੁਰਦੁਆਰਾ ਹੈ ਵਹਾਂ ਬਿਹਾਰ ਮੈਂ ਪਟਨਾ ਸਾਹਿਬ ਕੇ ਪਾਸ ਜਹਾਂ ਪੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕੰਗਨ ਨਾਸਤੇ ਟਾਈਮ ਕੰਗਨ ਵਹਾਂ ਭੁੱਲ ਗਏ ਕੜਾ ਭੁੱਲ ਗਏ ਔਰ ਬਤਾ ਦੇ ਉਨਕੇ ਬਾਅਦ ਗੁਰੂ ਬਾਗ ਅੱਛਾ ਗੁਰੂ ਬਾਗ ਹਾਂ ਵਹਾਂ ਖੇਲਤੇ ਥੇ ਵਹਾਂ ਫੁੱਟਬਾਲ ਖੇਲਣ ਵਾਸਤੇ ਗੁਰੂ ਗੋਬਿੰਦ ਸਿੰਘ ਗੁਰੂ ਸਾਹਿਬ तो कोई हिंदू रहा उन्हें साधु रहा फुटबॉल जो है तो प्लेयर जैसे अब तो दोनों हैं तो हार जीत में तो होना ही होना है तो उन्होंने कहा कि बाबा मेरी बॉल इतने आ गया बगीचे भी हाँ जी तो प्लेयर ने कहा तू ले आ तू बोला तो कोई बंदा नहीं तैयार होया गुरु गोबिंद साहब ने खुद अब लेके आया हाँ जी कहता है कि बाबा मेरी बॉल आ गया है पहले तो प्रणाम किया हाँ जी मेरी बॉल इतने आ गया ਮੇਰੀ ਹੈ ਲੈ ਜਾ ਹਾਂਜੀ ਤਾਂ ਗੁਰਵਿੰਦ ਸਾਹਿਬ ਨੇ ਕਿਹਾ ਕਿ ਤੇਰੀ ਬਗਾਨ ਸਾਰੀ ਕਿਉਂ ਸੁੱਕੀ ਹੈ ਹਾਂਜੀ ਆਮ ਕੀ ਪੈਰ ਚਾਵਨ ਤਾਂ ਸਾਰੇ ਪੈਰ ਸੁੱਕੇ ਹੈ ਕੰਤਨ ਤਿੰਨ ਚਾਰ ਏਕੜ ਕੀ ਜ਼ਮੀਨ ਹਾਂਜੀ ਹਾਂਜੀ ਤਾਂ ਗੁਰਵਿੰਦ ਸਾਹਿਬ ਨੇ ਕਹਿੰਦਾ ਕਿ ਬਾਬਾ ਗਿਰਵੀ ਹੈ ਤਿੰਨ ਦਿਨ ਗਿਰਵੀ ਨੇ ਸਾਰਾ ਪਿੰਡ ਨੂੰ ਬੂਟੇ ਨੂੰ ਪਾਣੀ ਪਾ ਦਿੱਤਾ ਹਾਂਜੀ ਉਹਨੂੰ ਹਰੀ ਪੈ ਜਾਊਗਾ ਤਿੰਨ ਦਿਨ ਮੈਂ ਹਰੀ ਪੈ ਜਾਊਗੀ ਉਹ ਵੀ ਅਭੀ ਪਰਮਾਨੈਂਟ ਹੈ ਅੱਛਾ ਗੁਰੂ ਗੋਬਿੰਦ ਸਿੰਘ ਜੀ ਨੇ ਉਨਕੋ ਬਤਾਇਆ ਕਿ ਆਪ ਤਿੰਨ ਦਿਨ ਪਾਣੀ ਡਾਲੋ ਸਾਰਾ ਹੋ ਜਾਏ ਉਸਨੇ ਬਤਾਇਆ ਅੱਛਾ ਉਨਕੇ ਬਾਅਦ ਇੱਕ ਬਾਲ ਲੀਲਾ ਗੁਰਦੁਆਰਾ ਅੱਛਾ ਨਾਲੇ ਹੀ ਹੈ
ठीक है, मतलब ये जैसे पंजाब सिंध बैंक है ना, इसने अपने नाम लिए। अच्छा अच्छा, तो उसे क्या है कि गुरु गोविंद साहब ने खेलने वास्ते गए, लीला दिखाएंगे होगी वहाँ पे, तो कोई माता जी थे अपने सरदार ने, उन्हें पुत्र नहीं होना। अच्छा ठीक है, बाल लीला गुरुद्वारा। हाँ जी, तो वो कहता है कि माता जी तू सोच में क्यों पड़ी है। हाँ जी हाँ जी, तो माता जी ने कहा था पुत्र क्या करूँ, मेरे एक भी औलाद नहीं है। ठीक है, कहता है माता जी मैं औलाद हूँ तेरा। ठीक है, तो माता खुश हो गए। हाँ, माता भी खुश हो गया, वो गुरु के नाम से दे। तो गुरु जी वहाँ मतलब खेलने जाते थे फिर हर रोज वहाँ पे, या अपनी लीला दिखाते होंगे वहाँ? नहीं, लीला तो वो तो बचपन में तो पता नहीं चलता। हाँ, ना मतलब कहाँ कहाँ जाना है। ठीक है, मतलब वहाँ पांच गुरुद्वारा है। हाँ, बिहार में हाँ। पटना साहिब। हाँ। एक पटना साहिब हो गया, पटना साहिब मेन हो गया, पटना साहिब सिटी मेन हो गया, जहाँ पे जन्म हुआ था, जहाँ गुरु गोविंद सिंह का जन्म हुआ। दूसरा दूसरा बाल लीला गुरुद्वारा। हाँ जी, एक है गाय घाट। गाय घाट, हाँ गाय घाट, जिस तेज बहादुर उनके गुरु गोविंद सिंह का देवी को कैद किया, वो गंगा नदी के पास कैद किया। हाँ, वो गंगा नदी अभी 10 साल से मैं उधर गया नहीं, मैं यहाँ उनको बताने शुरू में अभी क्या पोजिशन है। हाँ जी, उनको कैद करके वाहेगुरु की कृपा है। हाँ जी, गंगा नदी से माता ने गुरु तेग बहादुर को कैद कर करके इतनी बड़ी छोरी थी झोपड़पट्टी में। हाँ जी, दीवार से चढ़ करके उनके बंद कर दिया अंग्रेजी ने। उनके बाद गंगा माता जो है ना, वहाँ कुदरत की देन है, वहाँ से गाय के रूप में मैंने कहे गुरतेग बहादुर को दूध पिला के फिर चले जाते, अब के तालाब खुल जाता था, फिर अब के तालाब। कौन पिलाता था दूध? हैं, दूध कौन? गंगा माँ से। अच्छा, गंगा माँ, गंगा माँ से आते। अच्छा, तो मतलब आप पांच गुरुद्वारे हो गए। हाँ, उत्तर बिहार में जो इम्पोर्टेंट है वो सबसे मेन तो हमारा पटना साहिब, पटना साहिब। दूसरा आपका ये गंगा, गंगा बाल लीला गुरुद्वारा, बाल लीला गुरुद्वारा। एक गुरु बाग, एक गुरु बाग गुरुद्वारा। चौथा कौन सा है? चौथा और है एक गंगा, गंगा गुरुद्वारा हो गया, बाल लीला हो गया, एक बाग गुरुद्वारा हो गया जहाँ पे गुरु जी ने वो किया था। एक और गुरुद्वारा पांचवा कौन सा हो गया? पांचवा नाम भूल गया उसका, वो थोड़ा दूर नहीं पड़ा। अच्छा, गुरुबाग हो गया, गुरुबाग हो गया जहाँ गुरु गोविंद सिंह जन्म, वो एक हो गया। हाँ जी, बाल लीला। हाँ जी, हो गया कंगन घाट, कंगन घाट तीन हो गया। और एक गंगा वाला गुरुद्वारा जहाँ दूध पिलाते थे गुरु तेग बहादुर, वो चार हो गया। हाँ जी, और एक वो बाग वाला गुरुद्वारा हो गया, गुरुबाग, गुरबाग। तो पांच गुरुद्वारे हैं वहाँ पर। अगर आप अब पटना साहिब में जैसे कि अंकल ने बताया, तो वहाँ पर अगर आप कभी भी जाते तो आप ये पांच गुरुद्वारे के दर्शन करके। तो ये बहुत अच्छा लगा, मतलब आज इंट्रैक्शन हुई है अंकल के साथ हमें। मुझे एक्चुअल में मुझे नहीं पता था, गुरप्रीत ज़रूर गया है पटना साहिब, वहाँ पे गुरप्रीत का शायद कुछ नॉलेज हो इसके बारे में। आप एक काम करो, इसी दिन भी जाओगे पटना साहिब, वहाँ आपकी सारी व्यवस्था भी लेकर सारी व्यवस्था मतलब रहने सारी, कोई तकलीफ नहीं होगा। हाँ जी, वहाँ गार्ड रखा हो जैसे हम गार्ड हैं, वहाँ गार्ड रखा हो, भाई को जाना है तो आपकी सारा एड्रेस पूछेगा, लिखा के, हाँ लिखा करके एड्रेस दे करके ताला दे देगा, कई दिन रहना नहीं ले वो सारा लिखा था, आपको कितने दिन रहना, 4 दिन रहना, 5 दिन रहना, उनसे सारा रिकॉर्ड मिल जाएगा। तो कुछ चार्जेस वगैरह लेते हैं कि ऐसे ही फ्री है? देखो हम 10 साल से बात नहीं बता, कहीं 10 साल में थोड़े से पैसे मिनिमम 400-500 जो भी है, हो सकता है कि वापस करते हैं, पहले तो वापस करते हैं, वापस कर देते हैं, चार बनते हैं ऑलमोस्ट, वो चार जो बनती थी वो वापस कर देते हैं, उनके बाद फिर आप जाने लोगे ताला चार देते हो। हाँ जी, और फिर वापस पैसे, मैं 10 साल से ही गया नहीं। तो आप जैसे कि अंकल ने अभी बताया हमें, वहाँ पर रहने की भी व्यवस्था है, हाँ सब कुछ, सारी व्यवस्था, तो आपको वहाँ जाके कोई घूमने की जरूरत नहीं है, आप ज़्यादा से ज़्यादा होटल में खर्चे करोगे, इससे अच्छा आप गुरुद्वारे में आइए। पर वहाँ पे मशीनरी कोई भी चीज़ लेके जाना मना, कोई नशीले पदार्थ ना लेके जाए अपने साथ, वहाँ पे आपसे मिलती है। तो बाकी ये हमारा
अंकल ने जो अपना एक्सपीरियंस बताया ये पटना साहब का होता है चंडीगढ़ के बारे में इधर सर आप फैमिली के साथ रहते हैं फैमिली है मैं गुजर गया तब मैं घूमने के लिए आया इससे मेरे दो अच्छा वो जो ब्लू उसमें रेड पटके में छोटे अच्छा रेड पटके में एक मुंडा भी पिंड के मैं घूमने के लिए आया बहुत बहुत अच्छा लगा दिल से बहुत अच्छा लगा चलो आपसे हमें मतलब आप कीर्त करो वंड छको पे हम चल रहे हैं और हम सब लोग चलते रहे बहुत खुशी हुए कि मुन्ना ने आपने ऐसे सर्किल में मिली पता नहीं किस टाइम कौन मिले ये कोई नहीं जानता बिल्कुल ओदिया खेड़ा है जी ओके एकदम और एक चीज मैं बता रहा हूँ हकीकत अग्गी छूट बोल रहा हूँ जी मेरे पास कुछ नहीं ये आपकी बाल है ना ये भी मेरी कुछ नहीं है गुरु गोविंद साहब से मांगे हैं उनसे बहुत बड़ा और आज तक ही पूरा होते ही जा रहा है कभी आज तक कमी नहीं हुआ जो मांगते हैं दिल से पूरा होता है हाँ जी सच्ची श्रद्धा हो सही बात है दिल साफ हो ना हाँ दिल साफ वो उसी से मांगो बस और किसी से मत मांगो दुनिया में आज उनसे मांगे हैं मिला है उनसे मांगो बस और किसी से मांगना गंगा घाट के उस जगह थी गाय घाट नाम है हाँ जी हाँ जहाँ गुरु तेग बहादुर को लखर थे दो वाहेगुरु ने बना के दो लक्कर का इतना सा मोटा बना रखा जैसे आपने दोनों में मिलते हैं ना गले अच्छा अच्छा हाँ वो बना हुआ है तो मतलब इतना इतना हाइट में है हाँ इतने इतने बस इतने इतने हाइट में अच्छा अगर दिल में छल कपट होगा तो सिमल के पैर देखो है ना हाँ उनमें कांटा होता है ना अगर प्यार से मांगोगे छल कपट नहीं रहेगा एकदम ऐसे गाल ऐसा चिकना मिलेगा अच्छा अगर दिल में छल कपट होगा तो उसमें सिमल के कांटे लगेंगे क्या मेरे साथ भूल चुका है रियल एक्सपीरियंस इन्होंने बताया शेयर किया हमारे साथ ये कहते हैं कि जो गंगा गुरुद्वारा है जिसका नाम गाय घाट जिसको कहते हैं अब तो गाय घाट में बता गंगा नदी के पास में तो वहाँ पर इतने इतने लकड़ी के लकड़ी है जिसको हम हक करते हैं गले मिलते हैं तो उसमें क्या होता है उसमें ये कह रहे हैं अगर आपके दिल में छल कपट होएगा तो उसके अंदर कांटे चुभे हमें कांटे चुभे अगर छल कपट नहीं है तो एकदम स्मूथली आप करोगे आपको कुछ नहीं होएगा तो ये इनका अपना पर्सनल एक्सपीरियंस है जो ये मेरे हकीकत में मैं हकीकत में तो ये एक सच्ची मतलब घटना है और आज तक वाहेगुरु से मांग के आए हैं बहुत खुशी है चलो बढ़िया बहुत अच्छा लगा अंकल आपसे मिलके पता नहीं किस टाइम बहुत बढ़िया सर गुरप्रीत ने बोला कि यहाँ पे एक बार होता है इधर अंकल जी हम आपको फिर मिलने आएंगे आप कहाँ पे कौन से वाले पे होते हैं ये चिम पे ये अच्छा यही वाले पे इंडसलैंड ठीक है आप मिलते रहो हम आएंगे मिलते रहो मैं भी मिलूंगा मैं का ठंड और वहां के ठंड में कोई फर्क है ज्यादा है वहां इधर ज्यादा इधर कम अच्छा इधर ज्यादा ठंड तो आपको मतलब परेशानी तो नहीं होती ना ना कोई परेशानी नहीं सारा कुछ बढ़ती होती है अच्छा स्टार्टिंग में जब आए होगी वो पहले तो मैं पता नहीं चलता मैं चंडीगढ़ घूम गया था कैसा हाँ सर आज तक वाहेगुरु जी को मांगे हैं और आज तक इस तारीख तक मैं बता रहा हूँ मेरी कोई कमी नहीं है इसी तरह मेरा वाहेगुरु से सही बात है जी बहुत शुक्र है भगवान का हम ना कई बार भूल जाते हैं जो भी उसने दिया हमें है ना उनको और वो भूल जाते हैं और तभी दिक्कत शुरू हो जाती है दिक्कत तब शुरू होती है जब हम भूल जाते हैं कि हमारे पास उसने क्या क्या दे रखा है उसकी कोई कीमत नहीं है मैं वीर जी आपको मैं बताऊँ एक ये आपकी एक बाल है ना मेरी पहले बिहार में पिंड में था मेरी गंगा नदी में 3 राउंड जमीन कट गई फिर मार्केट आया 15 साल तकलीफ किया कितने सैलरी 40 रुपये मैंने वो करके फिर जिस मालिक के आना था उन्होंने चंगा कर दिया मेरे को बेमतलब की गाली दी हेलो अशोक तुम भी अच्छी तरह से बैठ गया हाँ 3-4 ज्यादा लगा घंटे लगा दिया मैं माँ के लिए नौकरी गई थी जब माँ सर पे टोकरी लूँगा मिट्टी उठाऊँगा तो ऐसे वाइज भी देगा मैं छोड़ा ढाबा खोला लवा खोला
ਪਰਿਵਾਰ ਗੁਜ਼ਰਨੇ ਦਾ ਥੋੜ੍ਹਾ ਸਾ ਥੋੜ੍ਹਾ ਪ੍ਰੋਬਲਮ ਆ ਜਾਂਦਾ, ਇੱਕ ਉਂਗਲੀ ਵੀ ਕੱਟਦੇ ਨਾ ਤਾਂ ਦਿੱਕਤ ਦਿੱਕਤ। ਅੱਜ ਵਾਹਿਗੁਰੂ ਸੇ ਜੋ ਵੀ ਮੰਗਤੇ ਹੈ ਅਭੀ ਤੱਕ ਵੀ ਜੋ ਮੰਗਤੇ ਉਹ ਮੇਰਾ ਪੂਰਾ ਹੋ। ਤੋ ਪਰਿਵਾਰ ਮੇ ਮਤਲਬ ਇੱਕ ਛੋਟਾ ਲੜਕਾ ਹੈ ਨਾ, ਇੱਕ ਇਹ ਹੈ, ਇੱਕ ਦੋ ਲੜਕਾ ਹੋ, ਤਿੰਨ ਨਹੀਂ ਦੋ ਲੜਕੇ ਔਰ ਮਤਲਬ ਬਾਰੇ ਮੰਡਾ ਰਹੇ ਹੋ ਤੇਰੇ ਅਸਾਂ ਆਪਕੇ ਮਤਲਬ ਵਾਈਫ ਹੈ ਨਹੀਂ ਨਾ ਉਹ ਨਹੀਂ ਉਹ ਮੈਨੇਜਰ ਹੈ ਕਿਆ ਮੈਨੇਜਰ ਹੈ ਮੈਨੇਜਰ ਜੋ ਲੜਕਾ ਪਹਿਲੇ ਵਾਲਾ ਵਿੱਚ ਵਾਲਾ ਜੋ ਵਿਆਹ ਹੋ ਗਿਆ ਲੇਕਿਨ ਕੀ ਔਰ ਵੱਡੇ ਵਾਲੀ ਕੀ ਵਿਆਹ ਨਹੀਂ ਚਲੋ ਵਧੀਆ ਝੂਠ ਕਿਉਂ ਬੋਲਿਆ ਠੀਕ ਹੈ ਠੀਕ ਹੈ ਬਹੁਤ ਓਪਨ ਆਪਣਾ ਨੇਚਰ ਵੀ ਬਹੁਤ ਓਪਨ ਹੈ ਔਰ ਦਿਮਾਗ ਵੀ ਮਤਲਬ ਸੋਚ ਵੀ ਆਪਣੀ ਬਹੁਤ ਓਪਨ ਹੈ ਬਹੁਤ ਉੱਚੀ ਖਿਆਲਾਤ ਵਾਹਿਗੁਰੂ ਨੇ ਕਿਹਾ ਪਿਆਰ ਸਿੱਖੋ ਦੁਨੀਆ ਦੌਲਤ ਮੈਂ ਸਭ ਕੁਝ ਮਿਲ ਜਾ ਪਿਆਰ ਨਹੀਂ ਸਹੀ ਬਾਤ ਹੈ ਬਿਲਕੁਲ ਸਹੀ ਬਾਤ ਹੈ ਸਹੀ ਬਾਤ ਅਬ ਮੇਰੇ ਕੀ ਕਿਆ ਪਤਾ ਆਪ ਹੈ ਠੀਕ ਹੈ ਆਪ ਗਲਤ ਵੀ ਆ ਗਏ ਹੋ ਤਾਂ ਕੋਈ ਦਿੱਕਤ ਨਹੀਂ ਮੈਨੇ ਸੱਚਾ ਬਤਾਇਆ ਬਿਲਕੁਲ ਨਹੀਂ ਕਿਸੇ ਕੋ ਵੀ ਸ਼ਾਇਦ ਇਸ ਵੀਡੀਓ ਸੇ ਕੁਛ ਪਤਾ ਲਗੇ ਠੀਕ ਹੈ ਨਾ ਨਾ ਅੱਛੀ ਬਾਤ ਹੈ ਤੋ ਮਤਲਬ ਕਿਆ ਪਤਾ ਮੇਰੇ ਕੋ ਜੈਸੇ ਪਤਾ ਨਹੀਂ ਥਾ ਵਹਾਂ ਪੇ ਪਾਂਚ ਗੁਰਦੁਆਰੇ ਹੋ ਰਹੇ ਹਾਂ ਤੋ ਵੋ ਵੀ ਪਤਾ ਲਗਾ ਕੁਛ ਨੌਲੇਜ ਵੀ ਮਿਲੇਗੀ ਸ਼ਾਇਦ ਅਭੀ ਤੱਕ ਹਮ ਸਿਰਫ ਮਸਤੀ ਕਰਤੇ ਆ ਰਹੇ ਥੇ ਤੋ ਐਂਡ ਮੇ ਮਤਲਬ ਜੋ ਸ਼ੁਰੂਆਤ ਹੋਈ ਤੋ ਆਪ ਹੋਤਾ ਹੈ ਨਹੀਂ ਹੋਤਾ ਹੈ ਤੋ ਵੀ ਸੀਰੀਅਸ ਬਾਤ ਹੋ ਰਹੀ ਹੈ ਆਪ ਸਰ ਇਹ ਹੋਤਾ ਹੈ ਪਤਾ ਨਹੀਂ ਚਲਤਾ ਹੈ ਰਸਤੇ ਮੇ ਕਿਸ ਕੀ ਮਿਲ ਜਾਏਗਾ ਬਿਲਕੁਲ ਹਮ ਯਹਾਂ ਸੇ ਐਕਚੁਅਲੀ ਜਾ ਰਹੇ ਥੇ ਤੋ ਇੱਕਦਮ ਸੇ ਗੁਰਪ੍ਰੀਤ ਕਾ ਕਿਹਾ ਹੈ ਕਿਤੇ ਯਹਾਂ ਨਾਜ਼ੁਕ ਦਿਲ ਮਿੱਤਰਾ ਇਹ ਸਰਤਾਜ ਹੋਰਾਂ ਦੀ ਲਾਈਨ ਹੈ ਤੇ ਇਹ ਬਿਲਕੁਲ ਠੀਕ ਇੱਥੇ ਟੁੱਕ ਬੈਠਦੀ ਹੈ ਕਿ ਹੱਸ ਕੇ ਮਿਲਿਆ ਜਾਵੇ ਨਾ ਤਾਂ ਦੁਨੀਆ ਤੁਸੀਂ ਕੁਛ ਵੀ ਕਰ ਸਕਦੇ ਹੋ ਕੁਛ ਵੀ ਕਰ ਸਕਦੇ ਜੇ ਤੁਸੀਂ ਪਿਆਰ ਨਾਲ ਚਾਹੋ ਨਾ ਕਿਉਂਕਿ ਅਸੀਂ ਸਾਰੇ ਪਿਆਰ ਤੋਂ ਹੀ ਬਣੇ ਹਾਂ ਇਹ ਮੈਂ ਜਾਂ ਸਰ ਮਿੰਟੂ ਅਤੇ ਜੇ ਪਿਆਰ ਦੀ ਤਾਕਤ ਹੈ ਨਾ ਰੱਬ ਦੀ ਤਾਕਤ ਉਹਨੂੰ ਕਹਿ ਲਓ ਅਤੇ ਉਹਦੇ ਨਾਲ ਸਭ ਕੁਛ ਮੁਮਕਿਨ ਹੈ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਜਿਹੜੀ ਨਾਮੁਮਕਿਨ ਹੈ ਅਤੇ ਹੁਣ ਫਿਰ ਕੈਰੀ ਕਰਦੇ ਬਿਲਕੁਲ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤਿ ਸ਼੍ਰੀ ਅਕਾਲ ਬਾਤਚੀਤ ਸੇ ਖਤਮ ਕੀ ਹੈ ਐਂਡ ਤੋ ਅਭੀ ਹਮ ਬਾਈਕ ਪੇ ਬੈਠਨੇ ਲਗੇ ਹੈ ਔਰ ਆਪਣੀ ਜੋ ਮੇਰੀ ਦੂਸਰੀ ਬਾਈਕ ਹੈ ਵਹਾਂ ਪੇ ਜਾ ਰਹੇ ਹੈ ਔਰ ਹੁਣ ਮੈਂ ਕੁਛ ਸਰਤਾਜ ਦੀਆਂ ਲਾਈਨਸ ਮਤਲਬ ਜੋ ਵੀ ਮੈਂ ਲਾਈਵ ਉਹਦੇ ਕੌਨਸਰਟ ਵਗੈਰਾ ਦੇਖਿਆ ਜਾਂ ਫੋਨ 'ਤੇ ਯੂਟਿਊਬ 'ਤੇ ਦੇਖਿਆ ਲਾਈਵ ਦੇਖਿਆ ਉਸਦੀ ਕੁਛ ਲਾਈਨਸ ਹੈ ਉਹ ਵੀ ਮੈਂ ਸਾਂਝੀ ਕਰੂੰਗਾ ਅਤੇ ਨਾਲ ਨਾਲ ਆਪਾਂ ਬਾਈਕ 'ਤੇ ਬੈਠਾਂਗੇ ਅਤੇ ਮਿੰਟੂ ਦੀ ਗੱਲ ਵੀ ਸੁਣਾਂਗੇ ਤੁਹਾਨੂੰ ਇੱਕ ਹੋਰ ਜਗ੍ਹਾ ਦਿਖਾਊਂਗਾ ਜਿੱਥੇ ਤੁਸੀਂ ਚੰਡੀਗੜ੍ਹ ਦਾ ਸਭ ਤੋਂ ਬੈਸਟ ਡੋਸਾ ਖਾ ਸਕਦੇ ਹੋ ਸਟੇ ਟਿਊਨਡ ਅਤੇ ਕਹਿੰਦਾ ਬਾਬੇ ਵੀਡੀਓ ਬਣ ਰਹੀ ਹੈ ਨਾ ਹਾਂ ਅਤੇ ਕਹਿੰਦਾ ਬਾਬੇ ਤੂੰ ਮਜ਼ਾਕ ਅਤੇ ਮਖੌਲ ਕਿਤੇ ਸਾਂਝੇ ਹੈ ਤੂੰ ਮਜ਼ਾਕ ਇਹ ਗੱਲ ਉਹਨਾਂ 'ਤੇ ਟੁੱਕਦੀ ਹੈ ਵੀ ਜਿਹੜੇ ਸਾਨੂੰ ਤਾਂ ਸਾਰੀ ਖੁਸ਼ੀਆਂ ਆਪਣੀ ਦੇ ਦਿੰਦੇ ਆ ਅਤੇ ਆਪਣੇ ਗਮ ਸੁਣਾਉਂਦੇ ਨਹੀਂ ਹੈ ਨਾ ਅਤੇ ਕਹਿੰਦਾ ਵੀ ਤੂੰ ਮਜ਼ਾਕ ਅਤੇ ਮਖੌਲ ਕਿਤੇ ਸਾਂਝੇ ਗਮਾਂ ਨੂੰ ਵੀ ਤਾਂ ਵੰਡ ਸੋਹਣੇ ਆ ਇਸ ਹੱਕ ਤੋਂ ਰੱਖ ਸਾਨੂੰ ਵਾਂਝੇ ਗਮਾਂ ਦੇ ਲਾ ਦੇ ਪੰਡ ਸੋਹਣੇ ਆ ਦੱਸ ਕਿਹੜੇ ਵੇਲੇ ਕੰਮ ਆਊ ਯਾਰੀ ਬਿੰਟੂ ਕਿਹੜੇ ਵੇਲੇ ਕੰਮ ਆਊ ਯਾਰੀ ਵੇ ਤੂੰ ਇਕੱਲਾ ਭਾਰ ਟੋਈ ਨਾ ਇਹ ਜ਼ਿੰਦਗੀ ਨਹੀਂ ਆਉਣੀ ਵਾਰੀ ਵਾਰੀ ਉਦਾਸ ਐਵੇਂ ਹੋਈ ਨਾ ਅਤੇ ਬਾਈ ਸਾਰਾ ਜ਼ਿਕਰ ਕਰਿਆ ਕਰੋ ਹੈ ਨਾ ਕਿਉਂਕਿ ਬਹੁਤ ਘੱਟ ਲੋਕ ਹੈ ਜਿਹੜੇ ਤੁਹਾਡੇ ਹਾਸੇ 'ਚ ਤਾਂ ਸਾਥ ਦੇ ਦਿੰਦੇ ਹਾਸਾ ਤੁਹਾਡਾ ਸੁਣ ਲੈਂਦੇ ਆ ਪਰ ਜਦੋਂ ਗੱਲ ਤੁਸੀਂ ਸੁਣਾਉਣ ਚਾਹੁੰਦੇ ਹੋ ਉਹਨਾਂ ਨੇ 2 ਮਿੰਟ ਸੁਣਨਾ ਚੱਲ ਠੀਕ ਹੈ ਫਿਰ ਗੱਲ ਕਰਦਾ ਹੈ ਮੈਂ ਬੀਸੀ ਹੈ ਯਾਰ ਬਸ ਦੈਟਸ ਵਾਟ ਦੇ ਟੂ ਦਿਸ ਇਜ਼ ਰਿਐਲਿਟੀ ਹਾਰਸ਼ ਰਿਐਲਿਟੀ ਅਤੇ ਪਰ ਕੁਛ ਚੁਨਿੰਦਾ ਲੋਕ ਹੁੰਦੇ ਆ ਜਿਹੜੇ ਤੁਹਾਨੂੰ ਹਾਸੇ 'ਚ ਗਮ 'ਚ ਤੁਹਾਡੀ ਗੱਲ ਸੁਣਦੇ ਨੇ ਅਤੇ ਗੱਲ ਸੁਣਨਾ ਸਭ ਤੋਂ ਜੇ ਤੁਸੀਂ ਕਿਸੇ ਨੂੰ ਹੀਲ ਕਰਨਾ ਨਾ ਉਹਨੂੰ ਲੈਕਚਰ ਨਾ ਦਿਓ ਡੋਂਟ ਲੈਕਚਰ ਦੈਮ ਲਿਸਨ ਟੂ ਦੈਮ ਉਹਨੂੰ ਸੁਣ ਲਓ ਬਸ ਜਦ ਉਹਦਾ ਬਾਹਰ ਨਿਕਲ ਜਾਏਗਾ ਨਾ ਉਹਦਾ ਦਰਦ ਆਪੇ ਘੱਟ ਹੋ ਜਾਣਾ ਅਤੇ ਮਿੰਟੂ ਉਹਨਾਂ ਬੰਦਿਆਂ 'ਚੋਂ ਇੱਕ ਹੈ ਜਿਹਨੇ ਬਾਈ ਸਾਥ ਦਿੱਤਾ ਜਿਹੜਾ ਦਰਦ ਖੁਸ਼ੀਆਂ 'ਚ ਸੁਣ ਲੈਂਦਾ ਸੀਗਾ ਅਤੇ ਬਾਕੀ ਕਲਮ ਤਾਂ ਹੈ ਹੀ ਹੈ ਕਾਪੀ ਹੈ ਹੀ ਹੈ ਉਹ ਬਹੁਤ ਸੁਣਦੀ ਸੀ ਸਾਨੂੰ ਮੋੜ ਲਵਲ ਅਤੇ ਉਹ ਸੁਣਦੀ ਸੀ ਅਤੇ ਬਾਈ ਸੁਣ ਲਿਆ ਕਰੋ ਹੈ ਨਾ ਅੰਕਲ ਵੀ ਖੁਸ਼ ਹੋ ਗਿਆ 2 ਮਿੰਟ ਬਾਈ ਗੱਲ ਬਾਈ ਬੰਦਾ ਪਿਆਰ ਦਾ ਭੁੱਖਾ ਯਾਰ ਹੋਰ ਕੁਛ ਨਹੀਂ ਹੈ ਕੁਛ ਨਹੀਂ ਹੈ ਤੁਸੀਂ ਕਿਸੇ ਨੂੰ ਪਿਆਰ ਨਾ ਬੁਲਾ ਲਓਗੇ ਜਿਹੜਾ ਪਿਆਰ ਨਾ ਬੋਲ ਦੂਗਾ ਉਹੀ ਬੋਲ ਨੂੰ ਕੰਨ 'ਤੇ ਮਾਰੋਗੇ ਉੱਦਾਂ ਹੀ ਤੁਹਾਡੇ ਕੋਲ ਆ ਜਾਣੇ ਜੋ ਤੁਸੀਂ ਗੇਰੋਗੇ ਉਹੀ ਤੁਹਾਡੇ ਕੋਲ ਮੁੜ ਕੇ ਆਜੂਗੇ ਜੇ ਪਿਆਰ ਗੇਰੋਗੇ ਪਿਆਰ ਮੁੜ ਕੇ ਆਜੂਗਾ ਅਤੇ ਨਫ਼ਰਤ ਤਾਂ ਨਾ ਹੁੰਦਾ ਹੈ ਨਾ ਅਤੇ ਬਾਈ ਹੁਣ ਆਪਾਂ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਮੈਂ ਚੰਡੀਗੜ੍ਹ ਦੀ ਸਭ ਤੋਂ ਬੈਸਟ ਜਗ੍ਹਾ 'ਤੇ
ਜਿੱਥੇ ਡੋਸਾ ਮਿਲਦਾ ਮੈਂ ਉੱਥੇ ਲੈ ਕੇ ਆਇਆ ਅਤੇ ਮੈਂ ਉੱਥੇ ਲੈ ਕੇ ਆਇਆ ਤੁਹਾਨੂੰ ਮੈਂ ਇੱਥੇ ਡੋਸਾ ਪਹਿਲਾਂ ਖਾ ਚੁੱਕਿਆ ਸੋਰੀ ਉਦੋਂ ਮੈਂ ਵਲੋਗ ਨਹੀਂ ਬਣਾ ਸਕਿਆ ਮੈਂ ਇਕੱਲਾ ਖਾ ਲਿਆ ਸੀਗਾ ਮਿੰਟ ਨੂੰ ਮੈਂ ਫਿਰ ਮਿਲਿਆ ਅਤੇ ਬਾਈ ਇਹ ਹੈ ਉਹ ਜਗ੍ਹਾ ਕਾਰਤਿਕ ਇੱਥੇ ਤੁਹਾਨੂੰ 110 ਰੁਪਏ 'ਚ ਮਸਾਲਾ ਡੋਸਾ ਘੈਂਟ ਮਿਲੇਗਾ ਅਤੇ ਬਾਈ ਤੁਸੀਂ ਇੱਕ ਵਾਰ ਖਾ ਲਉਂਗੇ ਤੁਹਾਡਾ ਲੰਚ ਡਿਨਰ ਜੋ ਵੀ ਹੈ ਨਿਪਟ ਜਾਣਾ ਤੁਸੀਂ ਇੱਕ ਚੀਜ਼ ਢੇਰ ਹੋ ਜਾਓਗੇ ਬਾਈ ਬਹੁਤ ਸਵਾਦ ਹੁੰਦਾ ਸਿਰਾ ਹੀ ਲਾਇਆ ਪਿਆ ਹੁੰਦਾ ਬਾਈ ਨੇ ਠੀਕ ਹੈ ਇਹ ਕੋਈ ਸਾਊਥ ਇੰਡੀਅਨ ਰੈਸਟੋਰੈਂਟ ਹੈ ਨਾ ਪੂਰਾ ਪ੍ਰੋਪਰ ਬਾਕੀ ਹੋਰ ਤਾਂ ਮੈਨੂੰ ਜ਼ਿਆਦਾ ਕੁਛ ਖਾਸ ਹੋ ਰਹੇ ਲੱਗੇ ਨਹੀਂ ਇੱਕ ਇਹ ਵੀ ਹੈ ਕੇਰਲਾ ਕਿਚਨ ਵੀ ਬਾਈ ਕਹਿੰਦਾ ਵਧੀਆ ਅਤੇ ਔਰ ਅਗਲੀ ਵੀਡੀਓ ਮੈਂ ਨਾ ਮੈਂ ਆਪਕੋ ਯਹਾਂ ਕਾਰਤਿਕ ਕੇ ਪਾਸ ਖਾਣਾ ਖਾ ਕੇ ਦਿਖਾਊਂਗਾ ਹਾਂ ਖਾਣਾ ਖਾ ਕੇ ਦਿਖਾਊਂਗਾ ਵੋ ਆਈ ਡੋਂਟ ਨੋ ਵੋ ਆਈ ਡੋਂਟ ਨੋ ਨੈਕਸਟ ਵੀਡੀਓ ਮੈਂ ਪਤਾ ਲੱਗੇਗਾ ਉਸਮੇ ਮੈਂ ਆਪਕੋ ਯਹਾਂ ਪੇ ਕਾਰਤਿਕ ਕੇ ਪਾਸ ਖਾ ਕੇ ਦਿਖਾਊਂਗਾ ਸਾਰਾ ਔਰ ਵੀ ਵਿਲ ਗਿਵ ਦਾ ਫੂਡ ਰਿਵਿਊ तो मैं आपको बस थोड़ा थोड़ा यहाँ पे दिखा देता हूँ ये मार्केट के थोड़ा सा दर्शन करा देता हूँ कि बस बस ये अभी क्लोज ही होने वाली है मार्केट बाहर तो कुछ और बन रहा है थे वो बन रहा है भाई कुछ उत्थे मैं खाया उधर नु ले चलिए एंड गाइस मिंटू होर तुसी की करना चाहते हो मकसद जो बंदा पूरा टन भी है ना कुछ देख लेगा लैटा लैटा नु देख के पहुंच जाता है दो मिनट तक कर दो कोई नहीं कर